ਉਹ ਲੜਨਾ ਚਾਹੀਦਾ ਖੁਦ ਮੁਖਤਿਆਰੀ ਲਈ ਸਾਡੇ ਫੈਸਲੇ ਅਸੀਂ ਆਪ ਕਰ ਸਕੀਏ ਖੁਦ ਮੁਖਤਿਆਰੀ ਦਾ ਤਾਂ ਮਤਲਬ ਹੀ ਇਹ ਹੈ ਵੀ ਜੇ ਸਾਡੀ ਕਿਸਾਨੀ ਦੇ ਫੈਸਲੇ ਆ ਤਾਂ ਪੰਜਾਬ ਦੇ ਕਿਸਾਨ ਜਾਂ ਘੱਟੋ ਘੱਟ ਪੰਜਾਬ ਸਰਕਾਰ ਤਾਂ ਕਰ ਸਕੇ ਨਾ ਸੈਂਟਰ ਕਿਵੇਂ ਕਰ ਸਕਦੀ ਆ ਸੋ ਲੜਾਈ ਇੱਥੇ ਆ ਜੜ ਉੱਥੇ ਪਈ ਆ ਕੈਪਟਨ ਸਰਕਾਰ ਜਾਂ ਕੈਪਟਨ ਸਾਹਿਬ ਕਹਿਣ ਵੀ ਮੈਂ ਅਸਤੀਫਾ ਜੇਬ 'ਚ ਲਈ ਫਿਰਦਾ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸੋ ਲੜਾਈ ਤਾਂ ਦਿੱਲੀ ਨਾਲ ਲੜ ਰਹੇ ਹਾਂ ਅਸੀਂ ਕਿੱਦਾਂ ਦੀ ਕਹਿ ਰਹੇ ਹਾਂ ਇਹ ਗੱਲ ਲੜਾਈ ਦਿੱਲੀ ਨਾਲ ਆ ਦਿੱਲੀ ਸਾਡੀ ਕਦੇ ਸਕੀ ਨਹੀਂ ਹੋ ਸਕਦੀ ਸਾਨੂੰ ਮੰਗਾਂ 'ਤੇ ਹੀ ਰੱਖਿਆ ਉਹਨਾਂ ਨੇ ਮੰਗਾਂ ਤੋਂ ਜੇ ਮੰਗਾਂ ਦੇਤੀਆਂ ਉਹਨਾਂ ਨੂੰ ਪਤਾ ਕੱਲ੍ਹ ਨੂੰ ਇਹ ਹੱਕਾਂ ਦੀ ਗੱਲ ਕਰਨਗੇ ਸਾਨੂੰ ਹੱਕਾਂ 'ਤੇ ਜਾਣ ਹੀ ਨਹੀਂ ਦਿੱਤਾ ਜੇ ਇਸ ਗੱਲ ਨੂੰ ਬੇਸਿਕ ਗੱਲ ਨੂੰ ਨਹੀਂ ਸਮਝਦੇ ਵੀ ਇਹ ਰਾਜਸੀ ਸਟਰਗਲ ਆ ਤਾਂ ਅਸੀਂ ਫਿਰ ਲੜਾਈ ਨੂੰ ਹੀ ਨਹੀਂ ਸਮਝ ਪਾ ਰਹੇ ਜੇ ਅਸੀਂ ਇਹ ਸਮਝਦੇ ਹਾਂ ਵੀ ਇਹ ਕਿਸਾਨੀ ਦਾ ਮਸਲਾ ਜਾਂ MSP ਤੱਕ ਹੀ ਅਸੀਂ ਲਿਮਿਟਿਡ ਹਾਂ MSP ਤਾਂ ਸਾਡੇ ਕੋਲ ਪਹਿਲਾਂ ਵੀ ਹੁੰਦੀ ਸੀ ਪਰ ਖੁਦਕੁਸ਼ੀਆਂ ਉਸ MSP ਨੇ ਹੀ ਦਿੱਤੀਆਂ ਨਾ ਕਰਜ਼ੇ ਉਸ MSP ਨੇ ਹੀ ਦਿੱਤੇ ਆ ਨਾ ਸਾਡਾ ਕਿਸਾਨਾਂ ਦਾ ਜੋ ਅੱਜ ਹਾਲ ਆ ਪਿੰਡਾਂ 'ਚ ਜਾ ਕੇ ਦੇਖ ਲਈਏ ਉਸੇ MSP ਨੇ ਹੀ ਸਾਨੂੰ ਦਿੱਤਾ ਤੋ ਸਾਨੂੰ ਰੁੱਖ ਕਿਹਦਾ ਕਿਹੜਾ ਦਿੱਤਾ ਜਾ ਰਿਹਾ ਜਦੋਂ ਸੰਘਰਸ਼ ਨੂੰ ਕਮਜ਼ੋਰ ਕਰਨਾ ਹੋਵੇ ਉਦੋਂ ਜਾਂ ਤਾਂ ਕਾਨੂੰਨੀ ਲੜਾਈ ਇੰਨੀ ਧਰ ਧੱਕ ਦਿਉ ਜਾਂ ਇਹਨਾਂ ਦਾ ਟੀਚਾ ਜਿਹੜਾ ਮਿਥਿਆ ਹੋਇਆ ਉਹ ਤੋਂ ਭਟਕਾ ਦਿਉ ਅਸੀਂ ਲੱਗੇ ਹਾਂ ਹੱਕਾਂ ਨੂੰ ਮੰਗਣ ਅਸੀਂ ਆ ਬਿੱਲਾਂ ਦੀਆਂ ਸੋਧਾਂ 'ਤੇ ਰਹਿ ਜਾਂਗੇ ਅਤੇ ਕਿਸਾਨ ਜਥੇਬੰਦੀਆਂ ਅੱਜ ਬੈਠੀਆਂ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਸੈਂਟਰ ਨਾਲ ਕਿਵੇਂ ਲੜਾਂਗੇ ਯਾਰ ਇਹ ਤਾਂ ਲੰਬੀ ਲੜਾਈ ਆ ਪਰ ਲੜਨਾ ਤਾਂ ਪੈਣਾ ਹੀ ਆ ਨਾ ਬਹੁਤ ਆਦਰ ਮਾਣ ਅਤੇ ਸਤਿਕਾਰ ਨਾਲ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਦੋ ਚਾਰ ਗੱਲਾਂ ਹੀ ਕਰਨੀਆਂ ਸੀ ਕਿਉਂਕਿ ਮੈਨੂੰ ਬਾਈ ਸਵਾਲ ਕਰ ਰਹੇ ਸੀ ਮੈਂ ਸੋਚਿਆ ਵੀ ਸੰਗਤ ਦੇ ਰੂਬਰੂ ਹੋ ਕੇ ਦੋ ਚਾਰ ਗੱਲਾਂ ਕੀਤੀਆਂ ਜਾਣ ਇੱਕ ਤਾਂ ਕੱਲ੍ਹ ਵਿਧਾਨ ਸਭਾ 'ਚ ਸਰਕਾਰ ਨੇ ਜਿਹੜੀ ਨਵੀਂ ਗੱਲ ਆਪਾਂ ਉਹ ਕਰਦੇ ਹਾਂ ਸਰਕਾਰ ਨੇ ਨਵੇਂ ਬਿੱਲ ਪਾਸ ਕੀਤੇ ਜਾਂ ਮਤੇ ਪਗਾਏ ਆਪਾਂ ਪੰਜਾਬੀ 'ਚ ਕਹਿ ਲਈਏ ਅਤੇ ਉਹ ਰਾਜਪਾਲ ਨੂੰ ਦੇ ਤੇ ਅਤੇ ਕਾਂਗਰਸ ਦੇ ਵਿਧਾਇਕ ਆ ਕੇ ਉਹ ਵਿਕਟਰੀ ਸਾਈਨ ਦਿਖਾ ਰਹੇ ਆ ਜਾਂ ਪਟਾਕੇ ਚਲਾ ਰਹੇ ਆ ਜਿਵੇਂ ਅਸੀਂ ਪਤਾ ਨਹੀਂ ਕਿੱਡੀ ਕੁ ਵੱਡੀ ਜਿੱਤ ਲਈ ਅਤੇ ਕਈ ਕਿਸਾਨ ਜਥੇਬੰਦੀਆਂ ਦਾ ਹਜੇ ਮੈਨੂੰ ਪੂਰਨ ਤੌਰ 'ਤੇ ਤਾਂ ਪਤਾ ਨਹੀਂ ਪਰ ਕਈਆਂ ਨੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਵੀ ਅਸੀਂ ਆਹ ਦੇਖੋ ਬਹੁਤ ਵੱਡੀ ਜਿੱਤ ਲਈ ਆ ਮੈਂ ਦੋ ਕੁ ਗੱਲਾਂ ਇਹੀ ਕਹਿਣਾ ਚਾਹੁੰਦਾ ਵੀ ਸਾਡੇ ਨਾਲ ਐਂ ਹੁੰਦਾ ਆ ਅਤੇ ਉਹੀ ਫੇਰ ਚੱਲ ਰਿਹਾ ਉਹ ਕਿਵੇਂ ਚੱਲ ਰਿਹਾ ਇਸ ਗੱਲ ਨੂੰ ਸਮਝੀਏ ਜਿਹੜੇ ਬਿੱਲ ਹਜੇ ਤੱਕ ਮੈਂ ਪੂਰਨ ਤੌਰ 'ਤੇ ਪੜ੍ਹੇ ਨਹੀਂ ਉਹ ਪੜ੍ਹੂੰਗਾ ਅੱਜ ਪਰ ਜਿਹੜੇ ਬਿੱਲ ਉਹਨਾਂ ਨੇ ਪੇਸ਼ ਕੀਤੇ ਆ ਉਹਦੇ 'ਚ ਦੋ ਤਿੰਨ ਗੱਲਾਂ ਵੀ ਇੱਕ ਤਾਂ ਜੇ MSP ਤੋਂ ਘੱਟ ਖਰੀਦ ਹੋਊਗੀ ਤਾਂ ਉਹਨੂੰ 3 ਸਾਲ ਦੀ ਸਜ਼ਾ ਦਿੱਤੀ ਜਾਊਗੀ ਹੁਣ MSP ਦੇਣੀ ਆ ਸੈਂਟਰ ਨੇ ਪੰਜਾਬ ਸਰਕਾਰ ਕੋਲ ਤਾਂ MSP ਦੇਣ ਵਾਸਤੇ ਜਾਂ ਫਸਲਾਂ ਖਰੀਦਣ ਵਾਸਤੇ ਕੋਈ ਫੰਡ ਹੀ ਨਹੀਂ ਹੁੰਦਾ ਕਦੇ ਕੋਈ ਪ੍ਰੋਵੀਜ਼ਨ ਹੀ ਨਹੀਂ ਹੁੰਦੀ ਇਸ ਗੱਲ ਦੀ MSP ਦੇਣੀ ਆ ਸੈਂਟਰ ਨੇ ਕਾਨੂੰਨ ਸਾਡੇ 'ਤੇ ਸੈਂਟਰ ਥੋਪ ਰਿਹਾ ਕੱਲ੍ਹ ਨੂੰ ਸੈਂਟਰ ਸਰਕਾਰ ਦੇ ਉਲਟ ਜਿਹੜੇ ਕਾਨੂੰਨ ਪੰਜਾਬ ਨੇ ਬਣਾਏ ਆ ਸੈਂਟਰ ਸਰਕਾਰ ਕਹੂ ਮੇਰੇ ਕੋਲ ਤਾਂ ਪੈਸੇ ਹੀ ਹੈ ਨਹੀਂ ਮੈਂ ਖਰੀਦ ਨਹੀਂ ਕਰ ਸਕਦੀ ਅਤੇ ਮੇਰੇ ਕੋਲ MSP ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਜੇ ਸੈਂਟਰ ਸਰਕਾਰ ਨੇ ਫਸਲ ਹੀ ਨਹੀਂ ਖਰੀਦੀ ਜੇ ਸੈਂਟਰ ਸਰਕਾਰ ਨੇ MSP 'ਤੇ ਸਾਨੂੰ ਜਿਹੜੇ ਫੰਡ ਪੰਜਾਬ ਕੋਲ ਕਿਸਾਨਾਂ ਕੋਲ ਉਹ ਦਿੱਤਾ ਹੀ ਨਹੀਂ ਤਾਂ ਫਿਰ ਇਹ ਕਿਤੇ ਨਾ ਕਿਤੇ ਇਸ ਗੱਲ ਦਾ ਬੜਾ ਵੱਡਾ ਜੇ ਅਸੀਂ ਅਸਲ 'ਚ ਗੱਲ ਨੂੰ ਸਮਝੀਏ ਤਾਂ ਕੌਨਫਲਿਕਟ ਆ ਸੈਂਟਰ ਅਤੇ ਸਟੇਟ ਦਾ ਕੌਨਫਲਿਕਟ ਆ ਮਤਲਬ ਆਪਸ 'ਚ ਕਿਤੇ ਨਾ ਕਿਤੇ ਤਾਲਮੇਲ ਨਹੀਂ ਆ ਜੇ ਤਾਲਮੇਲ ਨਹੀਂ ਆ ਤਾਂ ਸੈਂਟਰ ਸਰਕਾਰ ਨੇ ਇਹਨਾਂ ਕਾਨੂੰਨਾਂ ਦੇ ਵਿਰੁੱਧ ਸੁਪਰੀਮ ਕੋਰਟ 'ਚ ਵੀ ਜਾਣਾ ਇਹਦੀ ਕੌਂਸਟੀਟਿਊਸ਼ਨਲ ਜਾਂ ਸੰਵਿਧਾਨਕ ਮਾਨਤਾ ਕਿੰਨੀ ਕੁ ਇਹਨਾਂ ਕਾਨੂੰਨਾਂ ਦੀ ਉਹਦੇ ਵਾਸਤੇ ਸੋ ਕੀਤਾ ਕੀ ਜਾ ਰਿਹਾ ਸਾਡੇ ਨਾਲ ਅਸਲ ਤੌਰ 'ਤੇ ਇਹ ਕੀਤਾ ਜਾ ਰਿਹਾ ਵੀ ਸਾਨੂੰ ਹਮੇਸ਼ਾ ਹੀ ਰਿਆਇਤਾਂ ਜਾਂ ਥੋੜ੍ਹੀਆਂ ਬਹੁਤੀਆਂ ਸੋਧਾਂ ਦੇ ਕੇ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰ ਦਿੰਦੇ ਆ ਜਾਂ ਸਾਡੇ ਸੰਘਰਸ਼ ਦੀ ਦਿਸ਼ਾ ਬਦਲ ਦਿੰਦੇ ਆ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਵੀ ਸਾਡੀ ਸੂਬਾ ਸਰਕਾਰ ਨਾਲ ਤਾਂ ਹੈ ਨਹੀਂ ਕੋਈ ਲਾਗਡਾਟ ਸੂਬਾ ਸਰਕਾਰ ਤਾਂ ਸਾਡੇ ਨਾਲ ਖੜੀ ਆ ਪਰ ਸੂਬਾ ਸਰਕਾਰ ਦਾ ਵੱਸ ਨਹੀਂ ਚੱਲ ਰਿਹਾ ਸੋ ਕੌਨਫਲਿਕਟ ਕਿੱਥੇ ਆ ਅਸਲ ਲੜਾਈ ਕਿਹੜੀ ਆ ਲੜਾਈ ਆ ਸੈਂਟਰ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਲੜਨ ਵਾਸਤੇ ਜਿਹੜੇ ਜਥੇਬੰਦੀਆਂ ਦੇ ਆਗੂ ਆ ਕਈ ਉਹਨਾਂ 'ਚੋਂ ਲੜਨਾ ਚਾਹੁੰਦੇ ਵੀ ਆ ਲੋਕ ਲੜਨਾ ਚਾਹੁੰਦੇ ਆ ਪਰ ਜਥੇਬੰਦੀਆਂ ਦੇ ਆਗੂਆਂ ਕੋਲ ਓਡੀ ਆਪਦੇ ਅੰਦਰ ਭਰੋਸਾ ਜਾਂ ਆਪਦੇ ਅੰਦਰ ਕਹਿ ਲਓ ਵੀ ਉਸ ਲੜਾਈ ਲੜਨ ਵਾਸਤੇ ਇੱਕ ਹੁੰਦਾ ਵੀ ਅਸੀਂ ਲੜਾਂਗੇ ਅਤੇ ਜਿੱਤ ਕੇ ਆਵਾਂਗੇ ਅਤੇ ਕੁਛ ਲੈ ਕੇ ਡਿੱਗਾਂਗੇ ਪੰਜਾਬ ਲਈ ਕਿਉਂ ਲੈ ਕੇ ਕਿਉਂਕਿ ਅਸੀਂ ਜਿੱਥੇ ਆ ਕੇ ਖੜ੍ਹ ਗਏ ਹਾਂ ਪੰਜਾਬ ਜਿੱਥੇ ਆ ਕੇ ਖੜ੍ਹ ਗਏ ਹਾਂ ਇਸ ਦੇਸ਼ ਦਾ ਕੋਈ ਵੀ ਸੂਬਾ ਜਿੱਥੇ ਆ ਕੇ ਖੜ੍ਹ ਗਿਆ ਇੱਥੇ
ਸੂਬੇ ਸਰਕਾਰ ਕੋਲ ਆਪਦੇ ਕਾਨੂੰਨ ਬਣਾਉਣ ਦਾ, ਆਪਦੀਆਂ ਪਾਲਿਸੀ ਘੜਨ ਦਾ, ਜਾਂ ਕਿਸਾਨੀ ਦੇ ਰਿਲੇਟਡ ਫਸਲਾਂ ਦੇ ਮੁੱਲ ਤੈਅ ਕਰਨ ਦਾ ਕੋਈ ਹੱਕ ਹੀ ਨਹੀਂ ਆ, ਸਾਰਾ ਹੱਕ ਹੀ ਕੇਂਦਰ ਕੋਲ ਆ। ਜਦੋਂ ਕੇਂਦਰ ਕੋਲ ਹੱਕ ਆ ਤਾਂ ਕੇਂਦਰ ਤਾਂ ਸਾਨੂੰ ਪਹਿਲਾਂ ਹੀ ਨਹੀਂ ਦੇ ਰਿਹਾ, ਅਸੀਂ ਆਪਦੇ ਕਾਨੂੰਨ ਬਣਾ ਕੇ ਕੀ ਕਰ ਲਾਂਗੇ? ਫਿਰ ਸਾਨੂੰ ਜੋ ਲੜਨਾ ਚਾਹੀਦਾ ਉਹ ਲੜਨਾ ਚਾਹੀਦਾ ਖੁਦ ਮੁਖਤਿਆਰੀ ਲਈ, ਸਾਡੇ ਫੈਸਲੇ ਅਸੀਂ ਆਪ ਕਰ ਸਕੀਏ। ਖੁਦ ਮੁਖਤਿਆਰੀ ਦਾ ਤਾਂ ਮਤਲਬ ਹੀ ਇਹ ਆ ਵੀ ਜੇ ਸਾਡੀ ਕਿਸਾਨੀ ਦੇ ਫੈਸਲੇ ਆ ਤਾਂ ਪੰਜਾਬ ਦੇ ਕਿਸਾਨ ਜਾਂ ਘੱਟੋ ਘੱਟ ਪੰਜਾਬ ਸਰਕਾਰ ਤਾਂ ਕਰ ਸਕੇ ਨਾ, ਸੈਂਟਰ ਕਿਵੇਂ ਕਰ ਸਕਦੀ ਆ? ਸੋ ਲੜਾਈ ਇੱਥੇ ਆ, ਜੜ ਉੱਥੇ ਪਈ ਆ। ਜਦੋਂ ਤੱਕ ਅਸੀਂ ਉਸ ਖੁਦ ਮੁਖਤਿਆਰੀ ਦੀ ਗੱਲ ਨਹੀਂ ਕਰਾਂਗੇ ਵੀ ਸਾਡੀ ਫਸਲਾਂ ਦੇ ਰੇਟ ਅਸੀਂ ਤੈਅ ਕਰੀਏ ਅਤੇ ਪੰਜਾਬ ਸਰਕਾਰ ਸਾਨੂੰ ਕੋਈ ਸਪੈਸ਼ਲ ਫੰਡ ਕ੍ਰੀਏਟ ਕਰਕੇ ਜਾਂ ਪੰਜਾਬ ਸਰਕਾਰ ਆਪਦੀਆਂ ਕੋਆਪਰੇਟਿਵ ਮਾਡਲ ਜਾਂ ਕ੍ਰੀਏਟ ਕਰਕੇ ਜਾਂ ਉਹਨਾਂ ਨੂੰ ਬਣਾ ਕੇ ਸਾਡੀ ਹੈਲਪ ਨਹੀਂ ਕਰਦੀ, ਅਸੀਂ ਬਚ ਨਹੀਂ ਸਕਦੇ। ਪੰਜਾਬ ਸਰਕਾਰ ਨੂੰ ਜਾਂ ਤਾਂ ਉਸ MSP ਦੀ ਪ੍ਰੋਵੀਜ਼ਨ ਲਈ ਫੰਡ ਕ੍ਰੀਏਟ ਕਰਨਾ ਚਾਹੀਦਾ। ਫੰਡ ਇਹਨਾਂ ਕੋਲ ਹੈ ਨਹੀਂ, ਫੰਡ ਇਹ ਲੈਂਦੇ ਆ ਸੈਂਟਰ ਤੋਂ। ਤੁਸੀਂ ਇਹ ਦੇਖ ਲਓ, ਆ ਪਿੱਛੇ ਜੇ GST ਦਾ ਰੌਲਾ ਪਿਆ ਸੀ, 800 ਕਰੋੜ ਮੰਗੀ ਜਾਂਦੇ ਸੀ, ਉਹਨਾਂ ਨੇ ਨਹੀਂ ਦਿੱਤਾ, ਅਗਲੇ ਤਾਂ ਤੁਹਾਡੇ ਹੱਥ ਅੜਾਉਂਦੇ ਆ। ਹੁਣ ਕੈਪਟਨ ਸਰਕਾਰ ਜਾਂ ਕੈਪਟਨ ਸਾਹਿਬ ਕਹਿਣ ਵੀ ਮੈਂ ਅਸਤੀਫਾ ਜੇਬ 'ਚ ਲਈ ਫਿਰਦਾ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਸੋ ਲੜਾਈ ਤਾਂ ਦਿੱਲੀ ਨਾਲ ਲੜ ਰਹੇ ਹਾਂ ਅਸੀਂ, ਕਿੱਦਾਂ ਦੀ ਕਹਿ ਰਹੇ ਹਾਂ ਇਹ ਗੱਲ? ਲੜਾਈ ਦਿੱਲੀ ਨਾਲ ਆ, ਦਿੱਲੀ ਸਾਡੀ ਕਦੇ ਸਕੀ ਨਹੀਂ ਹੋ ਸਕਦੀ। ਸਾਨੂੰ ਮੰਗਾਂ 'ਤੇ ਹੀ ਰੱਖਿਆ ਉਹਨਾਂ ਨੇ, ਮੰਗਾਂ ਤੋਂ ਜੇ ਮੰਗਾਂ ਦੇ ਤੀਆਂ, ਉਹਨਾਂ ਨੂੰ ਪਤਾ ਕੱਲ੍ਹ ਨੂੰ ਇਹ ਹੱਕਾਂ ਦੀ ਗੱਲ ਕਰਨਗੇ, ਸਾਨੂੰ ਹੱਕਾਂ 'ਤੇ ਜਾਣ ਹੀ ਨਹੀਂ ਦਿੱਤਾ। ਅਗਲੀ ਗੱਲ ਜਿਹੜੀ ਸਾਡੀ ਸਮਝਣ ਵਾਲੀ ਆ, ਹੁਣ ਬਿੱਲਾਂ 'ਚ ਜਿਹੜੀ ਪ੍ਰੋਵੀਜ਼ਨ ਹੋਣੀ ਚਾਹੀਦੀ ਸੀ, ਜਿਹੜਾ ਮੰਡੀ ਬੋਰਡ ਕੋਲ ਪੈਸਾ ਆਉਂਦਾ ਸੀ, ਕੋਈ 2-4 ਹਜ਼ਾਰ ਕਰੋੜ ਪੈਸਾ ਆਉਂਦਾ ਸੀ, ਉਹ ਸਾਡੇ ਪਿੰਡਾਂ ਦੀਆਂ ਸੜਕਾਂ 'ਤੇ, ਗਲੀਆਂ 'ਤੇ, ਨਾਲੀਆਂ 'ਤੇ ਲੱਗਦਾ ਸੀ, ਉਹ ਕਿੱਥੋਂ ਆਊਗਾ? ਇਹਨਾਂ ਬਿੱਲਾਂ 'ਚ ਉਹਦੀ ਕੋਈ ਪ੍ਰੋਵੀਜ਼ਨ ਨਹੀਂ। ਜਦੋਂ ਮੰਡੀਕਰਨ ਨਹੀਂ ਰਿਹਾ, ਉਹ ਪੈਸਾ ਕਿੱਥੋਂ ਆਊਗਾ? ਪੈਸਾ ਉਹ ਸਾਡੀਆਂ ਜੇਬਾਂ 'ਚੋਂ ਹੀ ਜਾਣਾ। ਸਾਡੇ ਜਿਹੜੇ ਟੈਕਸ ਲੱਗ ਰਹੇ ਅੱਜ ਕੱਲ੍ਹ, ਉਹਨਾਂ ਟੈਕਸਾਂ 'ਚ ਵਾਧਾ ਹੋਣਾ ਜਾਂ ਕੋਈ ਮਲਟੀਪਲ ਟੈਕਸੇਸ਼ਨ ਰਜੀਮ ਇਹਨੂੰ ਕਹਿੰਦੇ ਆ, ਵੀ ਵੱਖਰੇ ਵੱਖਰੇ ਟੈਕਸ ਲਾ ਦਿੱਤੇ ਜਾਣ, ਅਤੇ ਉਹ ਸਾਡੀਆਂ ਜੇਬਾਂ 'ਚੋਂ ਹੀ ਜਾਣਾ। ਸੋ ਘੁਮਾ ਫਰਾ ਕੇ ਇਹਨਾਂ ਨੇ ਚਾਕੂ ਖਰਬੂਜੇ 'ਤੇ ਡਿੱਗੇ, ਜਾਂ ਖਰਬੂਜਾ ਚਾਕੂ 'ਤੇ ਕੱਟਣਾ ਖਰਬੂਜੇ ਨਹੀਂ ਆ, ਕੱਟਣਾ ਅਸੀਂ ਆ। ਜਦੋਂ ਤੱਕ ਅਸੀਂ ਆਪਦੀ ਖੁਦ ਮੁਖਤਿਆਰੀ ਲਈ ਨਹੀਂ ਲੜਦੇ, ਜਦੋਂ ਤੱਕ, ਹੁਣ ਅੰਗਰੇਜ਼ੀ 'ਚ ਇਹਨੂੰ ਕਹਿੰਦੇ ਆ ਸੈਂਟਰ ਸਟੇਟ ਰਿਲੇਸ਼ਨਸ਼ਿਪ, ਜਦੋਂ ਤੱਕ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਨਹੀਂ ਕਰਦੇ, ਜੇ ਉਦੋਂ ਤੱਕ ਅਸੀਂ ਕਹੀਏ ਕਿਸਾਨੀ ਦਾ ਭਲਾ ਹੋਜੂ, ਜਾਂ ਸਾਡੇ ਆਹ ਪੁਲਿਸ ਵਾਲੇ ਬਾਈ ਬੈਠੇ ਆ ਇੱਥੇ, ਇਹਨਾਂ ਦਾ ਭਲਾ ਹੋਜੂ, ਜਾਂ ਅਸੀਂ ਕਹੀਏ ਵੀ ਸਾਡੀ ਸਿੱਖਿਆ ਦਾ ਭਲਾ ਹੋਜੂ, ਅਸੀਂ ਜੋ ਸਕੂਲਾਂ ਕਾਲਜਾਂ 'ਚ ਪੜ੍ਹਾਉਂਦੇ ਹਾਂ, ਜਾਂ ਪੰਜਾਬ ਕੋਈ ਆਪਦੀ ਪੋਲਿਸੀ ਘੜ ਲੂਗਾ, ਜਾਂ ਸਾਡੇ ਨਸ਼ਿਆਂ 'ਚ ਕੁਛ ਸੋਧ ਹੋਜੂਗੀ ਵੀ ਇੱਥੇ ਨਸ਼ੇ ਖਤਮ ਹੋ ਜਾਣਗੇ, ਜਾਂ ਪ੍ਰਵਾਸ ਰੁਕ ਜੂਗਾ, ਜਾਂ ਹੋਰ ਬੇਰੁਜ਼ਗਾਰੀ ਖਤਮ ਹੋਜੂਗੀ, ਇਹ ਹੋ ਹੀ ਨਹੀਂ ਸਕਦਾ। ਸੋ ਐਡਾ ਵੱਡਾ ਅੰਦੋਲਨ ਲੋਕ ਨਾਲ ਖੜ੍ਹੇ ਆ, ਤੁਸੀਂ ਪੰਜਾਬ ਦੀ ਹੱਦ 'ਤੇ ਆ ਕੇ ਬੈਠੇ ਹੋ, ਜਿੱਥੇ ਸਾਡੇ ਹੱਕ, ਜਿਹੜੇ ਫੰਡਾਮੈਂਟਲ ਰਾਈਟਸ ਆ, ਜਿਹੜੇ ਮੂਲ ਅਧਿਕਾਰ ਆ ਸਾਡੇ, ਉਹ ਮੁੱਕ ਜਾਂਦੇ ਆ, ਇੱਥੇ ਆ ਕੇ ਮੁੱਕ ਜਾਂਦੇ ਆ। ਇਦੋਂ ਬਾਅਦ ਲੋ ਹਰਿਆਣੇ ਵਾਲੇ ਸਾਨੂੰ 2 ਮੈਨੂੰ ਲੱਗਦਾ ਕਿਲੋਮੀਟਰ ਨਹੀਂ ਟੱਪਣ ਦਿੰਦੇ। ਸੋ ਇੱਥੇ ਆ ਕੇ ਜੇ ਤੁਸੀਂ ਬੈਠੇ ਹੋ, ਮਤਲਬ ਕੋਈ ਜਜ਼ਬਾ ਹੀ ਲੈ ਕੇ ਆਏ ਹੋ ਨਾ, ਬਾਕੀ ਧਰਨਿਆਂ 'ਚ, ਮੋਰਚਿਆਂ 'ਚ, ਜਿੱਥੇ ਜਿੱਥੇ ਟੋਲ ਪਲਾਜ਼ਿਆਂ 'ਤੇ, ਜਿੱਥੇ ਜਿੱਥੇ ਪੈਟਰੋਲ ਪੰਪਾਂ ਦਾ ਘਰਾ ਕੀਤਾ ਹੋਇਆ, ਉਹਨਾਂ 'ਚ ਵੀ ਉਹ ਜਜ਼ਬਾ ਹੀ ਆ। ਸੋ ਚਾਹੀਦਾ ਕੀ ਆ? ਚਾਹੀਦਾ ਇਹ ਆ ਵੀ ਆਗੂ ਜਿਹੜੇ ਕਿਸਾਨ ਜਥੇਬੰਦੀਆਂ ਦੇ ਆ, ਜਾਂ ਅਸੀਂ ਸਾਰੇ ਮਿਲ ਕੇ ਅਸੀਂ ਦਿੱਲੀ ਸਰਕਾਰ ਨਾਲ ਲੜੀਏ, ਅਤੇ ਪੰਜਾਬ ਸਰਕਾਰ ਸਾਡੀ ਇਸ 'ਚ ਫੁੱਲ ਹਮਾਇਤ ਦੇਵੇ ਵੀ ਅਸੀਂ ਲੜਨਾ ਅਤੇ ਆਪਦੇ ਹੱਕ ਲੈਣੇ ਆ। ਜੇ ਪੰਜਾਬ ਸਰਕਾਰ ਨਾਲ ਖੜੀ ਹੋ ਜਾਂਦੀ ਆ ਅੱਜ, ਤਾਂ ਪੰਜਾਬ ਦਾ ਹਰ ਬਾਸ਼ਿੰਦਾ, ਹਜੇ ਸ਼ਹਿਰੀ ਵਰਗ ਉਸ ਤਰ੍ਹਾਂ ਨਹੀਂ ਉੱਠਿਆ ਸਾਡੇ ਨਾਲ, ਸਾਨੂੰ ਪਤਾ ਇਹ ਪਿੰਡਾਂ 'ਚ ਜ਼ਿਆਦਾ ਹੁੰਗਾਰਾ ਮਿਲ ਰਿਹਾ ਇਸ ਸਟਰਗਲ ਨੂੰ, ਸ਼ਹਿਰਾਂ 'ਚ ਓਡਾ ਜ਼ਿਆਦਾ ਹੁੰਗਾਰਾ ਨਹੀਂ ਮਿਲ ਰਿਹਾ। ਜਦੋਂ ਤੱਕ ਸਰਕਾਰ ਪੰਜਾਬ ਦੇ ਰਹਿੰਦੇ ਸ਼ਹਿਰੀਆਂ ਨੂੰ ਇਹ ਗੱਲ ਨਹੀਂ ਕਹਿੰਦੀ ਵੀ ਸਾਡੇ ਨਾਲ ਤੁਰੋ, ਅਸੀਂ ਖੁਦ ਮੁਖਤਿਆਰੀ ਕੁਛ ਹੱਦ ਤੱਕ ਹੀ ਲੈ ਲਈਏ, ਮੈਂ ਨਹੀਂ ਕਹਿੰਦਾ ਜਮਾਂ ਹੀ ਖੁਦ ਮੁਖਤਿਆਰੀ, ਹਰ ਖਿੱਤੇ 'ਚ ਸਾਡੇ ਕੋਲ ਖੁਦ ਮੁਖਤਿਆਰੀ ਹੋਵੇ, ਚਲੋ ਉਹ ਇੱਕ ਲੰਬੀ ਸਟਰਗਲ ਆ। ਦੇਖੋ ਇੱਕ ਗੱਲ ਹੋਰ ਸਮਝਣ ਦੀ ਜ਼ਰੂਰਤ ਆ, ਜਿਹੜੀ ਲੜਾਈ ਆਪਾਂ ਲੜ ਰਹੇ ਹਾਂ ਇਹ ਪੋਲੀਟੀਕਲ ਸਟ੍ਰਾਈਕ ਸਟਰਗਲ ਆ, ਇਹ ਰਾਜਸੀ ਸਟਰਗਲ ਆ। ਜੇ ਇਸ ਗੱਲ ਨੂੰ, ਬੇਸਿਕ ਗੱਲ ਨੂੰ ਨਹੀਂ ਸਮਝਦੇ ਵੀ ਇਹ ਰਾਜਸੀ ਸਟਰਗਲ ਆ, ਤਾਂ ਅਸੀਂ ਫਿਰ ਲੜਾਈ ਨੂੰ ਹੀ ਨਹੀਂ ਸਮਝ ਪਾ ਰਹੇ। ਜੇ ਅਸੀਂ ਇਹ ਸਮਝਦੇ ਹਾਂ ਵੀ ਇਹ ਕਿਸਾਨੀ ਦਾ ਮਸਲਾ ਜਾਂ MSP ਤੱਕ ਹੀ ਅਸੀਂ ਲਿਮਿਟਿਡ ਹਾਂ, MSP ਤਾਂ ਸਾਡੇ ਕੋਲ ਪਹਿਲਾਂ ਵੀ ਹੁੰਦੀ ਸੀ, ਪਰ ਖੁਦਕੁਸ਼ੀਆਂ ਉਸ MSP ਨੇ ਹੀ ਦਿੱਤੀਆਂ ਨਾ, ਕਰਜ਼ੇ ਉਸ MSP ਨੇ ਹੀ ਦਿੱਤੇ ਆ ਨਾ। ਸਾਡਾ ਕਿਸਾਨਾਂ ਦਾ ਜੋ ਅੱਜ ਹਾਲ ਆ ਪਿੰਡਾਂ 'ਚ ਜਾ ਕੇ ਦੇਖ ਲਈਏ, ਉਸੇ MSP ਨੇ ਹੀ ਸਾਨੂੰ ਦਿੱਤਾ। ਸੋ 73 ਸਾਲਾਂ 'ਚ ਹਜੇ ਤੱਕ ਅਸੀਂ ਕੋਈ ਖੇਤੀਬਾੜੀ ਦਾ ਮਾਡਲ ਜਿਹੜਾ ਕਿਸਾਨਾਂ ਲਈ, ਮਜ਼ਦੂਰਾਂ ਲਈ ਲਾਹੇਵੰਦ ਹੋਵੇ, ਚੰਗਾ ਹੋਵੇ, ਉਹ ਹਜੇ ਲੈ ਹੀ ਨਹੀਂ ਸਕੇ। 73 ਸਾਲ ਹੋ ਗਏ,
एक पूरी किसानों की पीढ़ी खत्म हो गई लड़ते लड़ते, मुड़ के जोड़े आगू है साढ़े बैठे जथेबंदियों के किसान जथेबंदियों के यह लड़ते लड़ते बिरध हो गए। जे हजे भी असी मंगा ही लड़ते रहेंगे तो अगली आने वाली पीढ़ी ने भी बिरध हो जाना, तो असी मंगा ही रहना या रियायतों ही रहना। जदों तक असी आपके हकों की गल नहीं करते, जदों तक पंजाब सरकार ये गल नहीं समझती भी सेंटर, कल कैप्टन साहब ने यह गल कही आप भी साढ़े को स्पेस ही है नहीं, साढ़े को उन्होंने बयान दिता है इंग्लिश ट्रिब्यून या हिंदुस्तान टाइम्स न भी साढ़े को कुछ जगह ही है नहीं जिथे असी सेंटर स्टेट रिलेशनशिप उन्होंने रीडिफाइन कर सकी या उस सेंटर स्टेट रिलेशनशिप के अंडर असी कोई पंजाब के लिए कोई नवे लॉ घट सकी। तुसी देख लो कल बिल पास किए यार राजपाल को जाने, राजपाल भी बीजेपी का काम, प्रेजिडेंट को जाने वह भी बीजेपी का, तो अगे बीजेपी वाले ने सेंटर च चैलेंज भी करना। सो सानू रुख किहड़ा दिता जा रहा, जदों संघर्ष को कमजोर करना हो उदों या तो कानूनी लड़ाई इन्नी तर तक दो या इन्हों का टीचा जिहड़ा मिथ्या होया वो तो भटका दो। असी लगे हाँ हकों नूं मंगण, असी हाँ बिलों दीआं सोधां ते रह जांगे, तो किसान जथेबंदियां अज बैठियां क्योंकि उन्होंने भी पता भी सेंटर नाल किवें लड़ांगे यार, ये तो लंबी लड़ाई आ पर लड़ना तो पैना ही है ना, जे अज ना लड़े तो कल लड़ना पैना, कल नहीं तो परसों लड़ना पैना। जदों तक उस गल ते असी नहीं आउंदे, जदों तक असी सेंटर स्टेट रिलेशनशिप नूं रीडिफाइन नहीं करते, उदों तक जे असी कहीए साढ़े मसले हल हो जाणगे या पंजाब दा भला हो जूगा, वह नहीं हो सकता। हुण मेरे ते इन्हां दी आ के सूई क्यों अटकदी आ वार वार, क्यों कहिंदे आ इह तां फलानी एजेंसी दा बंदा इह उहदा बंदा, क्योंकि इन्हां नूं पता असल गल आपां कर रहे हाँ, हकां दी गल कर रहे हाँ, उन्नी इन्हां च जुरत नहीं आ भी असीं लड़ीए दिल्ली नूं चैलेंज करिए। हुण अज इस करके हो सकदा मैं पंजाब सरकार दी अखां च वी रड़कां हुण, क्योंकि पंजाब सरकार भी उस इस्तीफे जेब च तां पाई बैठी आ, पर असल गल ते उह वी नहीं आ रहे भी असीं लड़दे हाँ लोकां दे नाल, लड़दे हाँ लो पोलीटिकल स्ट्रगल करदे हाँ, क्योंकि उन्हां ने एक गल होर समझन की जरूरत है, बड़ी मानसिकता है साढ़े जिहड़े आ एम एल ए बने बैठे है ना, उन्होंने वो एम एल ए या एम पी जिहड़े बनते हैं वह 5 साल आते हैं, तो उन्होंने ये पता भी 5 साल असी पैसे कमाने होर उन्होंने कख का नहीं किसी नाल कोई भी साढ़े नाल कोई उन्हों की यह हो यार मैं आपके लोगों का भला करना या इतने किसानों का भला करना मजदूर का भला करना आम मेरी जी जो विधानसभा या लोक सभा की मेरी कॉन्स्टिट्यूएंसी आ उत्थे मैं भला करना कुछ उत्थे विकास करना एक ये उन्होंने कोई किसी तरह की समझ ही नहीं होंगी। अच्छा उन्होंने दी जो पार्टी ने फैसला जो ले लिया आके वह ए दिखाएंगे आ लो जी खड़ गए किसानों के हक च खड़ गए मजदूर के हक च, पर असल च जे असी गल्लां असी भोले हाँ असी गल्लां नूं समझदे ही नहीं पिछे गल की पई आ। उन्हां एम एल ए एम पी नूं कुछ नहीं पिया, वो साढ़े कोले आके धरनिया च मोर्चिया च नहीं बह सकते, वो पोलीटिकल स्ट्रगल करने लई उन्हां कोले दम ही है नहीं, उन्होंने वो जिंदगी नहीं देखी ए आ जिंदगी जिवें असी बैठे हाँ इत्थे, उन्होंने जिंदगी ये जिंदगी जिउण लई उन्हां कोले अंदर अंदर किसी तरह की कोई आपां कह लईए भी एडी भावना होवे जां ये जज्बा होवे है नहीं। उन्होंने पावर इंजॉय करनी हुंदी आ 5 साल मुड़ के फिर अगले 5 साल बाद मैं किवें जितना ये चीज़ ते ही कॉन्सनट्रेशन हुंदी आ। हुण पंजाब नूं जागना पऊगा, सानू जागना पऊगा, सानू आपदे हकां लई लड़ना पऊ, जे रियायतां लई लड़दे रहे तां इन्हां ने आके फिर विक्टरी साइन ही दिखाउणे आ ते प्रेस ने छाप देणे आ देखो जी पंजाब सरकार खड़ गई साढ़े हक च, ये साडा जिहड़ा प्रैशर पिया सी एड्डा वड्डा पंजाब सरकार ते सेंटर सरकार ते सानू साढ़े हक मिल रही मंगा साढ़े सोधा हो गई बिलों च, ये कुछ नहीं आ साढ़े अखां च जिवें पंजाबी कहिंदे उहदा घट्टा पाया जा रहा। सो जदों तक असी असल गल नूं नहीं समझते, पोलीटिकल स्ट्रगल आ पोलीटिकल लड़ाई आ राजसी लड़ाई आ ये, तो राजसी लड़ाई जिहड़ी साडी आ ओह खुद मुख्तियारी दी आ भी इन्नी क खुद मुख्तियारी होवे भी साढ़े फसलों के मुल ही असी आप तय कर लीए, उदू बाद खरीदना नहीं खरीदना नहीं खरीदोंगे असी उदियां मंडियां होर लभ लेंगे, वह तो कोई वड्डी गल नहीं, आए नहीं भी ये हल नहीं हो सकते, हल सारे पए आ पर जदों तक ये समझणगे नहीं या समझ के भी सानू असल गल ते नहीं लैके आउणगे उदों तक साडा भला नहीं होगा, आपां इसे करके सिर जोड़ के बैठे हाँ। सो मोर्चे का जिहड़ा मकसद आ बाई जी वह यही आ भी असी एक तां लोकां नूं जागरूक करिए आपदे हकां लई, क्योंकि सरकारां ते कई वारी जिहड़े स्ट्रगल कर रही या लड़ाई लड़दियां धिर दे आगू भी हुंदे आ वह भी गल नूं समझ के असल गल नूं लोकां तक नहीं लैके जांदे, एटलीस्ट लोकां नूं दसीए तां सही ते लोक समझ के फिर लोक आप डिसाइड करन, संगत डिसाइड करे भी असी लड़ना कि नहीं लड़ना, एटलीस्ट लोकां तक असल गल तां जावे। जे असल गल ही नहीं जांदी लोकां तक, जे तुहानूं समझ ही नहीं आउंदी गल दी, तुहानूं आपदियां मंगां बारे नहीं पता, फिर हक्कां बारे कित्थों पता होऊ। सो
ਇੰਨੀਆਂ ਕੁ ਗੱਲਾਂ ਮੈਂ ਕਰਨੀਆਂ ਸੀ ਜੀ। ਮੈਂ ਚੰਡੀਗੜ੍ਹ ਚੱਲਿਆ, ਸਾਢੇ ਕੁ ਚਾਰ ਤਾਈਂ ਵਾਪਸ ਆ ਜਾਊਂਗਾ। ਆਪਾਂ ਫਿਰ ਬੈਠ ਕੇ ਆਪਸ 'ਚ ਗੱਲਾਂ ਕਰਾਂਗੇ, ਕੋਈ ਸਵਾਲ ਜਵਾਬ ਹੋਏ ਉਹ ਵੀ ਕਰਾਂਗੇ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।